ਲਵ ਸਟੋਰੀ ਦੇ ਚਲਦੇ ਫਿਰੋਜ਼ਪੁਰ ਦੇ ਪਿੰਡ ਬਜ਼ੀਦਪੁਰ ਦਾ ਸੁਖਰਾਜ ਨਾਮਕ ਨੌਜਵਾਨ ਲਾਪਤਾ। ਜਾਣਕਾਰੀ ਦਿੰਦਿਆਂ ਸੁਖਰਾਜ ਦੇ ਚਚੇਰੇ ਭਰਾ ਨੇ ਦੱਸਿਆ ਕਿ ਸੁਖਰਾਜ ਪਿਛਲੇ 20 ਦਿਨਾਂ ਤੋਂ ਲਾਪਤਾ ਹੈ, ਜਿਸ ਨੂੰ ਉਹਨਾਂ ਆਸ ਪਾਸ ਤੋਂ ਇਲਾਵਾ ਰਿਸ਼ਤੇਦਾਰੀਆਂ ਵਿੱਚ ਵੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਿਧਰੇ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਸੁਖਰਾਜ ਦੀ ਹੱਤਿਆ ਕਰ ਦਿੱਤੀ ਗਈ ਹੈ, ਕਿਉਂਕਿ ਸੁਖਰਾਜ ਗੁਰੂ ਹਰ ਸਹਾਈ ਦੀ ਰਹਿਣ ਵਾਲੀ ਕਮਲੇਸ਼ ਰਾਣੀ ਨਾਮਕ ਔਰਤ ਉਹਨਾਂ ਦੇ ਪਿੰਡ ਬਜ਼ੀਦਪੁਰ ਵਿੱਚ ਵਿਆਹੀ ਹੋਈ ਹੈ ਅਤੇ ਕਮਲੇਸ਼ ਰਾਣੀ ਦੀ ਧੀ ਨਾਲ ਸੁਖਰਾਜ ਦੀ ਲਵ ਸਟੋਰੀ ਚੱਲ ਰਹੀ ਸੀ। ਇਸ ਸ਼ੱਕ ਦੇ ਆਧਾਰ 'ਤੇ ਜਦ ਉਹਨਾਂ ਥਾਣਾ ਕੁਲਗੜੀ ਦੀ ਪੁਲਿਸ ਨੂੰ ਨਾਲ ਲੈ ਕੇ ਗੁਰੂ ਹਰਸ ਰਾਏ ਕਮਲੇਸ਼ ਰਾਣੀ ਦੇ ਘਰ ਰੇਡ ਕੀਤੀ ਤਾਂ ਉਹਨਾਂ ਨੂੰ ਉੱਥੋਂ ਕਣਕ ਵਿੱਚੋਂ ਖੂਨ ਨਾਲ ਲਿਬੜੀ ਇੱਕ ਕਿਰਚ ਮਿਲੀ ਹੈ। ਇਸ ਲਈ ਉਹਨਾਂ ਨੂੰ ਸ਼ੱਕ ਹੈ ਕਿ ਇਹਨਾਂ ਨੇ ਸੁਖਰਾਜ ਦਾ ਕਤਲ ਕਰ ਦਿੱਤਾ। ਉੱਧਰ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਮਕਾਨ ਕਮਲੇਸ਼ ਰਾਣੀ ਦਾ ਅਤੇ 10 ਦਿਨ ਪਹਿਲਾਂ ਕਮਲੇਸ਼ ਇਸ ਮਕਾਨ ਵਿੱਚ ਦੇਖੀ ਗਈ ਹੈ। ਫਿਲਹਾਲ ਪੁਲਿਸ ਨੇ ਸੁਖਰਾਜ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਗੁੰਮਸ਼ੁਦੀ ਦੀ ਰਿਪੋਰਟ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਮਾਮਲਾ ਜੀ ਜਿਹੜਾ ਤੁਸੀਂ ਜਾਂਚ ਕਰ ਪਹੁੰਚੇ ਜੀ ਅੱਜ? ਆਪਣੇ ਵਜੀਦਪੁਰ ਦਾ ਰਿਸ਼ਪਾਲ ਸਿੰਘ ਆ, ਉਹਨੇ ਦਰਖਾਸਤ ਦਿੱਤੀ ਸੀ ਮੇਰਾ ਮੁੰਡਾ ਗੁੰਮ ਹੋ ਗਿਆ, ਉਹਦੇ ਸੰਬੰਧ 'ਚ ਇਹ ਜਾਂਚ ਕਰਨ ਆਏ ਸੀਗੇ ਅਤੇ ਅੱਜ ਨਹਿਰ ਦੇ ਕੰਢੇ ਤੋਂ ਇੱਕ ਕਿਰਚ ਮਿਲੀ ਆ, ਹੋਰ ਤਾਂ ਕੋਈ ਇਹੋ ਜਿਹੀ ਚੀਜ਼ ਸਮਝ ਨਹੀਂ ਆਈ। ਤੁਸੀਂ ਸਰ ਘਰ ਵਿੱਚ ਵੀ ਛਾਣਬੀਨ ਕਰ ਰਹੇ ਹੋ, ਘਰ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਬਰਾਮਦ ਹੋਈ ਜਿਹਦੇ ਨਾਲ ਤੁਹਾਨੂੰ ਸ਼ੱਕ ਜ਼ਾਹਰ ਹੋਵੇ ਕਿ ਉਹਨਾਂ ਘਰ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਬਰਾਮਦ ਨਹੀਂ ਹੋਈ ਜਿਹਦੇ ਨਾਲ ਸ਼ੱਕ ਜ਼ਾਹਰ ਹੋਵੇ? ਕੀ ਮਾਮਲਾ ਦਰਜ ਕਰ ਲਿਆ ਗਿਆ ਜੀ? ਗੁੰਮਸ਼ੁਦਗੀ ਦੀ ਰਿਪੋਰਟ ਲਿਖੀ ਆ, ਗੁੰਮ ਹੋਇਆ ਮੁੰਡਾ, ਠੀਕ ਹੈ ਜੀ, ਰਿਪੋਰਟ ਲਿਖੀ ਆ। ਗਾਹ ਜੇ ਤਫਤੀਸ਼ ਚੱਲ ਰਹੀ ਆ। ਸਰ ਕਿੰਨੇ ਦਿਨ ਪਹਿਲਾਂ ਗੁੰਮ ਹੋਇਆ? 26/2 ਨੂੰ ਹੋਇਆ ਗੁੰਮ, ਇਹਨਾਂ ਨੇ ਰਿਪੋਰਟ ਲਿਖਾਈ ਹੈ, ਦਰਜ ਕਰਾਈ ਗੁੰਮ ਦੇ। ਜੀ ਕੀ ਮਾਮਲਾ ਜੀ? ਸਰ ਜੀ ਇਹ ਮਾਮਲਾ ਇਹ ਹੈ ਕਿ ਪਿੰਡ ਵਜੀਦਪੁਰ ਤੋਂ ਸੁਖਰਾਜ 20 ਦਿਨ ਤੋਂ ਲਾਪਤਾ ਹੈ ਅਤੇ ਉਹ ਮੇਰੇ ਚਾਚਾ ਜੀ ਦਾ ਬੇਟਾ ਹੈ। ਉਹਦੀ ਉਮਰ ਨੀਅਰ ਅਬਾਊਟ 22-23 ਸਾਲ ਦੇ ਕਰੀਬ ਆ ਅਤੇ ਉਹਦੀ ਲਵ ਸਟੋਰੀ ਸੀ ਕਮਲੇਸ਼ ਦੀ ਬੇਟੀ ਦੇ ਨਾਲ, ਅਤੇ ਜਿਸ ਦਿਨ ਤੋਂ ਹੀ ਉਹ ਮੁੰਡਾ ਲਾਪਤਾ ਹੈ ਉਸ ਦਿਨ ਤੋਂ ਹੀ ਉਹ ਘਰ ਤੋਂ ਬਾਹਰ ਹੈਗੇ ਨੇ। ਤਾਂ ਅਸੀਂ ਉਸ ਪੜਤਾਲ ਦੇ ਵਿੱਚ ਸਾਨੂੰ ਕੁਛ ਪਤਾ ਲੱਗਾ ਸੀਗਾ ਕਿ ਕੋਠੀ ਦੇ ਅੰਦਰ ਕੋਈ ਸ਼ੱਕ ਦੇ ਆਧਾਰ 'ਤੇ ਅਸੀਂ ਆਏ ਸੀਗੇ ਅਤੇ ਪੰਚਾਇਤ ਸਾਡਾ ਸਾਥ ਦੇ ਰਹੀ ਆ ਅਤੇ ਨਾਲ ਪੁਲਿਸ ਕੁਲਗੜੀ ਦੀ ਉਹ ਨਾਲ ਆਈ ਸੀ, ਉਹ ਸਾਡਾ ਸਾਥ ਦੇ ਰਹੀ ਹੈ ਜੀ। ਕੀ ਸੁਰਾਗ ਲੱਗਿਆ ਹੁਣ ਤੱਕ? ਹੁਣ ਤੱਕ ਇਹ ਸੁਰਾਗ ਲੱਗਾ ਸਰ, ਇੱਥੇ ਤਫਤੀਸ਼ ਦੇ ਮੁਤਾਬਿਕ ਸਾਨੂੰ ਦੱਸਿਆ ਕਿ ਇੱਥੇ ਇੱਕ ਕਣਕ ਦੇ ਵਿੱਚ ਇੱਕ ਕਿਰਚ ਪਈ ਹੋਈ ਆ ਅਤੇ ਅਸੀਂ ਉਹ ਕਿਰਚ ਨੂੰ ਵੇਖਿਆ ਅਤੇ ਉਹ ਕਿਰਚ ਦੇ ਹਾਲਾਤਾਂ ਤੋਂ ਇੱਦਾਂ ਲੱਗਦਾ ਹੈ ਕਿ ਮਰਡਰ ਇੱਥੇ ਹੋਇਆ ਹੈ, ਕਿਉਂਕਿ ਉੱਥੇ ਬਲੱਡ ਪਿਆ ਹੋਇਆ ਸੀਗਾ ਅਤੇ ਕਣਕ ਡਿੱਗੀ ਪਈ ਹੋਈ ਸੀਗੀ ਜੀ। ਅਤੇ ਉਸ ਤੋਂ ਬਾਅਦ ਜਿਹੜੀ ਕਮਲੇਸ਼ ਹੈ ਉਹਦਾ ਇਹ ਘਰ ਆ। ਕਮਲੇਸ਼ ਕੌਣ ਹੈ ਜੀ? ਕਮਲੇਸ਼ ਪਿੰਡ ਵਜੀਦਪੁਰ ਤੋਂ ਰਹਿੰਦੇ ਆ, ਸਾਡੀ ਰਿਸ਼ਤੇਦਾਰੀ ਦੇ ਵਿੱਚ ਮੇਰੀ ਭਰਜਾਈ ਲੱਗਦੀ ਹੈ ਜੀ, ਉਹ ਦੂਰ ਨੇੜ ਤੋਂ ਰਿਸ਼ਤੇਦਾਰੀ ਆ ਉਹਦੇ ਨਾਲ ਅਤੇ ਉਹ ਬੀੜ ਦੇ ਪਿੰਡ ਦੇ ਹੈਗੇ ਆ ਅਤੇ ਵਜੀਦਪੁਰ ਵਿਆਹੀ ਹੋਈ ਆ ਜੀ। ਲਵ ਸਟੋਰੀ ਕਿਸ ਨਾਲ ਸੀ? ਉਹਦੀ ਬੇਟੀ ਰੂਨਾ ਨਾਲ ਜੀ। ਕੀ ਮੰਗ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਬਸ ਇਹੀ ਮੰਗ ਕਰਦੇ ਹਾਂ ਕਿ ਕਿਸੇ ਵੀ ਕੰਡੀਸ਼ਨ ਦੇ ਵਿੱਚ ਜਿਹੜਾ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਅਤੇ ਸਾਡਾ ਭਰਾ ਸਾਨੂੰ ਮਿਲਣਾ ਚਾਹੀਦਾ ਜੀ, ਜਲਦ ਤੋਂ ਜਲਦ। ਗੁਰੂ ਹਰ ਸਹਾਈ ਤੋਂ ਦੀਪਕ ਵਧਾਵਨ ਦੀ ਰਿਪੋਰਟ, ਪੰਜਾਬੀ ਟੀਵੀ।